ਕਿਰਨਜੀਤ ਕੌਰ ਨੇ ਸਵਾਲ ਚੁੱਕੇ ਨੇ। ਸ਼ਕਾਰ ਤਖ਼ਤ ਸਾਹਿਬ ਦੇ ਨੋਟਿਸ ਤੇ ਉਹਨਾਂ ਨੇ ਸਵਾਲ ਚੁੱਕੇ ਨੇ ਔਰ ਉਹਨਾਂ ਕਿਹਾ ਕਿ ਕਦੇ ਵੀ ਰੋਮਾਂ ਦੀ ਬੇਅਦਬੀ ਦੇ ਲਈ ਕਿਸੇ ਤੋਂ ਸਪਸ਼ਟੀਕਰਨ ਨਹੀਂ ਮੰਗਿਆ ਗਿਆ। ਇਹ ਜਥੇਦਾਰਾਂ ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ। ਕਿਰਨਜੋਤ ਕੌਰ ਦਾ ਇਹ ਕਹਿਣਾ ਹੈ, ਇਸ ਨਵੀਂ ਪਿਰਤ ਦਾ ਵਿਰੋਧ ਕਰਨ ਦੀ ਲੋੜ ਹੈ। ਅਕਾਲ ਤਖ਼ਤ ਸਾਹਿਬ ਤੇ ਸਿਰਫ ਪੰਥਕ ਕੌਮੀ ਮਸਲੇ ਵਿਚਾਰੇ ਜਾ ਸਕਦੇ, ਅਕਾਲ ਤਖ਼ਤ ਸਾਹਿਬ ਤੇ ਨਿੱਜੀ ਮਸਲੇ ਨਹੀਂ ਵਿਚਾਰੇ ਜਾਂਦੇ। ਆਪਸੀ ਲੜਾਈ ਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਸਾਲਸ ਯਾਨੀ ਵਿਚੋਲਾ ਜਾਂ ਸਮਝੌਤਾ ਕਰਾਉਣ ਵਾਲਾ ਨਹੀਂ ਬਣਾਇਆ ਜਾਂਦਾ ਸੀ। ਇਹਨਾਂ ਨੇ ਕਿਹਾ ਹੈ, ਨਿੱਜੀ ਕਮੀਆਂ ਜਾਂ ਕੁਰੀਤਾਂ ਦੇ ਲਈ ਸਿੱਖ ਗੁਰੂ ਨੂੰ ਜਵਾਬਦੇਹ ਹੈ ਤਾਂ ਕੁੱਲ ਮਿਲਾ ਕੇ ਕੁਰੈਤਾਂ ਦੇ ਲਈ ਨਿੱਜੀ ਕਮੀਆਂ ਜਾਂ ਕੁਰੈਤਾਂ ਦੇ ਲਈ ਸਿੱਖ ਗੁਰੂ ਨੂੰ ਜਵਾਬਦੇਹ ਹੈ ਉਹਨਾਂ ਨੇ ਕਿਹਾ ਹੈ ਤਾਂ ਆਪਣੇ ਆਪ ਦੇ ਵਿੱਚ ਹੈ। ਮੈਂ ਦੱਸਦੀ ਕਿ ਇਸ ਤੋਂ ਪਹਿਲਾਂ ਗੁਰਪ੍ਰਤਾਪ ਵਡਾਲਾ ਜਿਹੜੇ ਨੇ ਉਹ ਬੀਬੀ ਜਗੀਰ ਕੌਰ ਦੇ ਹੱਕ 'ਚ ਆਏ, ਉਹਨਾਂ ਨੇ ਵੀ ਕਿਹਾ ਸੀ ਕਿ ਵਰਤਿਆ ਜਾ ਰਿਹਾ ਅਕਾਲ ਤਖ਼ਤ ਸਾਹਿਬ ਦਾ ਸਹਾਰਾ ਲਿਆ ਜਾ ਰਿਹਾ ਵਿਰੋਧੀਆਂ ਦੇ ਵੱਲੋਂ। ਤਾਂ ਰਾਜੀਵ ਸ਼ਰਮਾ ਮੇਰੇ ਸੋਗੀ ਫੋਨ ਲਾਈਨ 'ਤੇ ਨੇ। ਰਾਜੀਵ, ਬੜੇ ਸੀਨੀਅਰ ਮੈਂਬਰ ਨੇ ਬੀਬੀ ਕਿਰਨਜੀਤ ਕੌਰ SGPC ਦੇ ਔਰ ਉਹਨਾਂ ਦੇ ਵੱਲੋਂ ਇਹ ਸਵਾਲ ਖੜੇ ਕੀਤੇ ਗਏ ਨੇ ਔਰ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਔਰ ਗੰਭੀਰ ਹੋ ਜਾਂਦਾ। ਬਿਲਕੁਲ ਗੁਰਜੋਤ, ਜਦੋਂ ਤੋਂ ਇਹ ਜਿਹੜੀ ਚਿੱਠੀ ਅਕਾਲ ਤਖ਼ਤ ਸਾਹਿਬ ਦੀ ਚਰਚਾ ਦੇ ਵਿੱਚ ਆਈ ਹੈ ਤਾਂ ਉਦੋਂ ਤੋਂ ਕਈ ਜਿਹੜੇ ਵੱਖ ਵੱਖ ਆਗੂ ਨੇ ਉਹਨਾਂ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ। ਪਰ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੀਬੀ ਕਿਰਨਜੋਤ ਕੌਰ ਵੱਲੋਂ ਜਿਹੜੀ ਆਪਣੀ ਫੇਸਬੁੱਕ ਅਕਾਊਂਟ ਦੇ ਉੱਤੇ ਜਿਹੜੀ ਪੋਸਟ ਪਾਈ ਗਈ ਹੈ ਤਾਂ ਖੁੱਲ੍ਹ ਕੇ ਉਹ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਵੀ ਆਏ ਔਰ ਨਾਲ ਦੀ ਨਾਲ ਉਹਨਾਂ ਨੇ ਇਸ ਚਿੱਠੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਨੇ। ਉਹਨਾਂ ਦਾ ਕਹਿਣਾ ਕਿ ਸਿੱਖ ਜੋ ਹੈ ਉਹ ਗੁਰੂ ਨੂੰ ਜਵਾਬ ਦੇ ਔਰ ਅਜਿਹੀਆਂ ਜਿਹੜੀਆਂ ਕੁਰੈਤਾਂ ਨੇ ਇਸ ਦੇ ਲਈ ਕਦੇ ਵੀ ਹੁਣ ਤੱਕ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਜਿਹੜਾ ਆਦੇਸ਼ ਹੈ ਉਹ ਨਹੀਂ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਜਿਹੜੇ ਇਹਨਾਂ ਵੱਲੋਂ ਪੋਸਟ ਪਾਈ ਗਈ ਹੈ ਉਸਦੇ ਹੇਠਾਂ ਜੇਕਰ ਲੰਬੀ ਜਿਹੜੀ ਲੜੀ ਹੈ, ਕਮੈਂਟ ਜਿਹੜੇ ਆਏ ਨੇ, ਬਹੁਤ ਸਾਰੇ ਲੋਕਾਂ ਨੇ ਆਪਣੀ ਆਪਣੀ ਰਾਏ ਉਸ ਦੇ ਵਿੱਚ ਦਿੱਤੀ ਔਰ ਜ਼ਿਆਦਾਤਰ ਜਿਹੜੀ ਰਾਏ ਹੈ ਉਹ ਬੀਬੀ ਕਿਰਨਜੋਤ ਕੌਰ ਦੇ ਹੱਕ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇੱਕ ਉਹਨਾਂ ਵੱਲੋਂ ਇਹ ਵੀ ਇਸ਼ਾਰਾ ਕੀਤਾ ਗਿਆ ਜਿਹੜੇ ਲੋਕ ਇਸ ਪੋਸਟ ਦੇ ਹੇਠਾਂ ਕਮੈਂਟ ਕਰ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਇਸ ਦੇ ਵਿੱਚੋਂ ਸਿਆਸਤ ਦੀ ਝਲਕ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਪਰ ਬੜਾ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਪਹਿਲਾਂ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜਾ ਨੋਟਿਸ, ਜਿੰਨੇ ਵੀ ਸਾਬਕਾ ਅਕਾਲੀ ਮੰਤਰੀ ਸੀ ਉਹਨਾਂ ਨੂੰ ਨੋਟਿਸ ਭੇਜਿਆ ਜਾਂਦਾ ਸਪਸ਼ਟੀਕਰਨ ਉਸ ਮਾਮਲੇ ਦੇ ਵਿੱਚ ਮੰਗਿਆ ਜਾਂਦਾ, ਜਿਹੜੇ ਮਾਮਲੇ ਦੇ ਵਿੱਚ ਡੇਰਾ ਮੁਖੀ ਨੂੰ ਮਾਫੀ ਦੇਣਾ ਜਾਂ ਬੇਅਦਬੀ ਦੇ ਜਿਹੜੇ ਮਾਮਲੇ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਿੱਧੇ ਤੌਰ ਤੇ ਸਵਾਲ ਖੜੇ ਹੋਏ ਸੀ ਤਾਂ ਹੁਣ ਉਸ ਤੋਂ ਮਗਰੋਂ ਜਦੋਂ ਇਹ ਸਪਸ਼ਟੀਕਰਨ ਦੇ ਦਿੱਤੇ ਜਾਂਦੇ ਨੇ ਫਿਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੇ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਉਹਨਾਂ ਸ਼ਿਕਾਇਤਾਂ ਦੇ ਉਸ ਆਧਾਰ ਦੇ ਉੱਤੇ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਜਿਹੜੀ ਚਿੱਠੀ ਹੈ ਉਹ ਜਾਰੀ ਕੀਤੀ ਗਈ ਹੈ। ਹਾਲਾਂਕਿ ਬੀਬੀ ਜਗੀਰ ਕੌਰ ਕਦੋਂ ਆ ਕੇ ਆਪਣਾ ਸਪਸ਼ਟੀਕਰਨ ਦਿੰਦੇ ਨੇ ਪਰ ਉਸ ਵਿਚਾਰੇ ਬੀਬੀ ਕਿਰਨਜੋਤ ਕੌਰ ਦੀ ਜਿਹੜੀ ਪੋਸਟ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਸਾਡੇ ਸਵਾਲ ਜਿਹੜੇ ਨੇ ਉਹ ਇਸ ਕਾਰਵਾਈ ਦੇ ਉੱਤੇ ਖੜੇ ਕਰਦੇ ਹੋਏ ਬੀਬੀ ਕਿਰਨਜੋਤ ਕੌਰ ਨਜ਼ਰ ਆ ਰਹੇ ਨੇ। ਤਾਂ ਇਸ ਪੋਸਟ ਤੋਂ ਬਾਅਦ ਹੁਣ ਅੱਗੇ ਬੀਬੀ ਜਗੀਰ ਕੌਰ ਇਸ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਜਾਂ ਉਹਨਾਂ ਵੱਲੋਂ ਜਿਹੜਾ ਸਪਸ਼ਟੀਕਰਨ ਦਿੱਤਾ ਜਾਂਦਾ ਉਸ ਦੇ ਵਿੱਚ ਕੀ ਕੁਝ ਲਿਖਿਆ ਜਾਂਦਾ ਉਹ ਤਾਂ ਜਦੋਂ ਬੀਬੀ ਜਗੀਰ ਕੌਰ ਉੱਥੇ ਪਹੁੰਚਣਗੇ ਉਦੋਂ ਸਪਸ਼ਟ ਹੋਏਗਾ। ਪਰ ਉਹਨਾਂ ਦੇ ਅਕਾਲ ਤਖ਼ਤ ਸਾਹਿਬ ਪਹੁੰਚਣ ਤੋਂ ਪਹਿਲਾਂ ਇਸ ਤਰੀਕੇ ਦੀ ਪੋਸਟ ਸਾਹਮਣੇ ਆਉਣਾ ਔਰ ਇਸ ਆਦੇਸ਼ ਨੂੰ ਲੈ ਕੇ ਜੋ ਹੈ ਕਿੰਤੂ ਪ੍ਰੰਤੂ ਹੋਣਾ ਉਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਕਿ ਜਿਹੜਾ ਇਸ ਵੇਲੇ ਪੰਥਕ ਗਲਿਆਰਿਆਂ ਦੇ ਵਿੱਚ ਬਹੁਤ ਵੱਡੀ ਚਰਚਾ ਜਿਹੜੀ ਹੈ ਉਹ ਇੱਕ ਪੋਸਟ ਨੇ ਜ਼ਰੂਰ ਛੇੜ ਕੇ ਰੱਖ ਦਿੱਤੀ ਹੈ। ਜੀ ਗੁਰਜੋਤ, ਬਿਲਕੁਲ, ਔਰ ਰਿਐਕਸ਼ਨਸ ਦਾ ਵੀ ਇੰਤਜ਼ਾਰ ਰਹੇਗਾ ਕਿ ਕੋਈ ਰਿਐਕਸ਼ਨ ਇਸ 'ਤੇ ਆਉਂਦਾ ਹੈ। ਖਾਸ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ SGPC ਦੇ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਦਾ ਤਾਂ ਕੁੱਲ ਮਿਲਾ ਕੇ ਆਪਣੇ ਆਪ ਦੇ ਵਿੱਚ ਲਿਖਦਾ ਹੈ। ਮੈਂ ਬਹੁਤ ਬਹੁਤ ਸ਼ੁਕਰੀਆ ਰਾਜੀਵ ਤਮਾਮ ਜਾਣਕਾਰੀ ਲਈ। ਤਾਂ ਕਿਰਨਜੀਤ ਕੌਰ, ਕਿਰਨਜੋਤ ਕੌਰ ਜਿਹੜੇ ਨੇ ਉਹ ਸੀਨੀਅਰ SGPC ਦੇ ਦੱਸਦੀਏ ਕਿ ਮੈਂਬਰ ਨੇ ਔਰ ਲੰਬੇ ਸਮੇਂ ਤੋਂ, ਹਾਲਾਂਕਿ ਇੱਕ ਦਫ਼ਾ ਇਹਨਾਂ ਦੇ ਪ੍ਰਧਾਨ ਬਣਨ ਨੂੰ ਲੈ ਕੇ ਵੀ ਚਰਚਾਵਾਂ ਉੱਠੀਆਂ ਸਨ ਪਰ ਅਜਿਹਾ ਨਹੀਂ ਹੋ ਸਕਿਆ। ਤਾਂ ਕਿਰਨਜੋਤ ਕੌਰ ਦੇ ਵੱਲੋਂ ਦੱਸ ਗਏ ਕਿ ਇਹ
ਅਸੀਂ ਕਹਿ ਸਕਦੇ ਹਾਂ ਕਿ ਜਿਸ ਕਿਸਮ ਦਾ ਆਦੇਸ਼ ਦਿੱਤਾ ਗਿਆ ਹੈ ਬੀਬੀ ਜਗੀਰ ਕੌਰ ਨੂੰ ਸਪਸ਼ਟੀਕਰਨ ਦੇ ਲਈ ਸੱਦਿਆ ਗਿਆ ਹੈ ਔਰ ਕਿਹਾ ਗਿਆ ਸੀ ਕਿ ਲਿਖਤੀ ਤੌਰ 'ਤੇ ਨਿੱਜੀ ਤੌਰ 'ਤੇ ਉਹਨਾਂ ਲਿਖਤੀ ਤੌਰ 'ਤੇ ਔਰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਇਸ 'ਤੇ ਸਪਸ਼ਟ ਕਰਨਗੇ ਤਾਂ ਕੁੱਲ ਮਿਲਾ ਕੇ ਦੱਸਦੀਏ ਕਿ ਪੋਸਟ ਪਾਈ ਗਈ ਹੈ ਔਰ ਪੋਸਟ ਕਿਰਨਜੋਤ ਕੌਰ ਦੇ ਵੱਲੋਂ ਪਾਈ ਗਈ ਹੈ ਉਹਨਾਂ ਨੇ ਲਿਖਿਆ ਹੈ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਸਿਧਾਂਤ ਦੀ ਤਰਜਮਾਨੀ 18ਵੀਂ ਸਦੀ ਦੇ ਇਤਿਹਾਸ ਤੋਂ ਸਮਝ ਆਉਂਦੀ ਹੈ ਬਾਹਰਲੇ ਹਮਲਾਵਰ ਵਿਰੁੱਧ ਵਿਉਂਤਬੰਦੀ ਖਾਲਸਾ ਪੰਥ ਅਕਾਲ ਤਖਤ ਸਾਹਿਬ ਤੇ ਇਕੱਤਰ ਹੋ ਕੇ ਕਰਦਾ ਸੀ ਉਸ ਵਕਤ ਦੀ ਸਿੱਖ ਸਰਦਾਰ ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਪਰ ਆਪਣੀ ਲੜਾਈ ਖਤਮ ਕਰਨ ਦੇ ਲਈ ਅਕਾਲ ਤਖਤ ਤੇ ਨਹੀਂ ਜਾਂਦੇ ਸੀ ਸਰਬੱਤ ਖਾਲਸਾ ਦੇ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਆਪਸੀ ਮਤਭੇਦ ਨਜਿੱਠ ਕੇ ਇੱਕ ਦੂਜੇ ਦੇ ਨਾਲ ਮਨ ਸਾਫ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਗੁਰੂ ਪੰਥ ਰੂਪ ਹੋ ਜਾਂਦੇ ਸੀ ਲੜਾਈ ਮੁਕਾਉਣ ਦੇ ਲਈ ਅਕਾਲ ਤਖਤ ਨੂੰ ਸਾਲਸ ਨਹੀਂ ਬਣਾਇਆ ਜਾਂਦਾ ਸੀ ਨਿੱਜੀ ਕਮੀਆਂ ਜਾਂ ਕੁਰੈਤਾਂ ਦੇ ਲਈ ਸਿੱਖ ਆਪਣੇ ਗੁਰੂ ਨੂੰ ਜਵਾਬਦੇਹ ਹੈ ਇਹ ਕਿਸੇ ਵਿਅਕਤੀ ਨੂੰ ਨਹੀਂ ਭਾਵੇਂ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਕਿਉਂ ਨਾ ਹੋਵੇ ਹੁਣ ਤੱਕ ਦੇ ਇਤਿਹਾਸ ਵਿੱਚ ਕਿਸੇ ਬੀਬੀ ਨੂੰ ਰੋਮਾਂ ਦੀ ਬੇਅਦਬੀ ਜਾਂ ਕਿਸੇ ਬੰਦੇ ਨੂੰ ਦਾੜੀ ਕੇਸਾਂ ਦੀ ਬੇਅਦਬੀ ਦੇ ਲਈ ਅਕਾਲ ਤਖਤ ਸਪਸ਼ਟੀਕਰਨ ਦੇਣ ਲਈ ਨਹੀਂ ਬੁਲਾਇਆ ਗਿਆ ਹੈ ਇਹ ਨਵੀਂ ਪਿਰਤ ਦਾ ਵਿਰੋਧ ਕਰਨ ਦੀ ਲੋੜ ਹੈ ਕਿਉਂਕਿ ਇਹ ਜਥੇਦਾਰਾਂ ਦੇ ਦਾਇਰੇ ਦੇ ਵਿੱਚ ਨਹੀਂ ਹੈ ਅਕਾਲ ਤਖਤ ਸਾਹਿਬ ਤੇ ਸਿਰਫ ਪੰਥਕ ਕੌਮੀ ਮਸਲੇ ਵਿਚਾਰੇ ਜਾ ਸਕਦੇ ਨੇ ਨਿੱਜੀ ਨਹੀਂ ਵੈਸੇ ਬੀਬੀ ਵਿਰੁੱਧ ਘਟੀਆ ਸਿਆਸਤ ਕਰਨ ਵਾਲੇ ਗੁਰਸਿੱਖਾਂ ਅਤੇ ਉਹਨਾਂ ਦੀਆਂ ਧੀਆਂ ਭੈਣਾਂ ਤੇ ਮਾਵਾਂ ਦੇ ਚਿਹਰਿਆਂ ਤੇ ਵੀ ਦਰਸ਼ਨ ਕਰਵਾਓ ਤਾਂ ਕਿ ਸਮਝ ਆਵੇ ਉਹਨਾਂ ਨੂੰ ਕਿੰਨੀ ਕੁ ਪੀੜ ਹੋਈ ਹੈ ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵਿਅਕਤੀ ਵਿਸ਼ੇਸ਼ ਵਿਰੁੱਧ ਸ਼ਿਕਾਇਤ ਕੂੜੇ ਦੇ ਡੱਬੇ ਦੇ ਵਿੱਚ ਸੁੱਟ ਕੇ ਸ਼ਿਕਾਇਤਕਰਤਾ ਨੂੰ ਮਰਿਆਦਾ ਤੇ ਸਿਧਾਂਤ ਦਾ ਪਾਠ ਪੜਾਉਣਾ ਚਾਹੀਦਾ ਸੀ ਸਿੱਖਾਂ ਵਿੱਚ ਘਟੀਆ ਸਿਆਸਤ ਦਾ ਮੋਹਰਾ ਹੋਣ ਦਾ ਪ੍ਰਭਾਵ ਨਹੀਂ ਦੇਣਾ ਚਾਹੀਦਾ ਸੀ ਤਾਂ ਕੁੱਲ ਮਿਲਾ ਕੇ ਇਹ ਪੂਰੀ ਪੋਸਟ ਕਿਰਨਜੋਤ ਕੌਰ ਦੇ ਵੱਲੋਂ ਪਾਈ ਗਈ ਹੈ ਤਾਂ ਵਰਸਾ ਸਿੰਘ ਵਲਟੋਹਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਵਲਟੋਹਾ ਸਾਹਿਬ ਬੀਬੀ ਕਿਰਨਜੀਤ ਕੌਰ ਕਾਫੀ ਸੀਨੀਅਰ SGPC ਦੇ ਮੈਂਬਰ ਨੇ ਜੋ ਬੀਬੀ ਜਗੀਰ ਕੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨੋਟਿਸ ਹੋਇਆ ਹੈ ਉਸ ਤੋਂ ਲੈ ਕੇ ਉਹਨਾਂ ਨੇ ਕੁੱਲ ਮਿਲਾ ਕੇ ਆਪਣੀ ਪੋਸਟ ਦਾ ਜੇਕਰ ਉਹਨਾਂ ਦੀ ਨਿਚੋੜ ਕੱਢੀਏ ਤਾਂ ਉਹਨਾਂ ਨੇ ਕਿਹਾ ਕਿ ਅਜਿਹੇ ਮਾਮਲੇ ਦੇ ਵਿੱਚ ਜੇਕਰ ਕੋਈ ਕੁਰੈਤ ਕਰਦਾ ਤਾਂ ਫਿਰ ਉਸਦੇ ਵਿੱਚ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਜਥੇਦਾਰ ਸਾਹਿਬ ਨੂੰ ਜਵਾਬ ਦੇ ਨਹੀਂ ਹੈ ਦੇਖੋ ਪਹਿਲੀ ਤਾਂ ਗੱਲ ਹੈ ਕਿ ਮਾਮਲਾ ਜਿਹੜਾ ਆ ਇੱਕ ਸਿੱਖ ਤੇ ਸ਼੍ਰੀ ਅਕਾਲ ਤਖਤ ਦੇ ਵਿਚਾਲੇ ਇਹ ਸਤਿਕਾਰਯੋਗ ਬੀਬੀ ਜਗੀਰ ਕੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਾਲੇ ਇਹਦੇ ਉੱਤੇ ਮੇਰਾ ਕੋਈ ਕਮੈਂਟ ਕਰਨਾ ਨਹੀਂ ਬਣਦਾ ਬਾਕੀ ਰਹਿ ਗਈ ਗੱਲ ਜਿਹੜੀ ਦੇਖੋ ਇਹ ਉਹ ਕੌਣ ਨੇ ਸੱਜਣ ਜਿਨ੍ਹਾਂ ਨੇ ਇਹ ਦਰਖਾਸਤ ਦਿੱਤੀ ਹੈ ਬੀਬੀ ਜਗੀਰ ਕੌਰ ਜੀ ਦੇ ਵਿਰੁੱਧ ਚਾਹੇ ਰੋਮਾਂ ਦੀ ਬੇਅਦਬੀ ਨੂੰ ਲੈ ਕੇ ਹੈ ਚਾਹੇ ਕੁੜੀ ਮਾਰ ਨੂੰ ਲੈ ਕੇ ਹੈ ਕਿਉਂਕਿ ਇਹ ਤਾਂ ਉਹੀ ਦੱਸ ਸਕਦੇ ਆ ਕਿ ਉਹਨਾਂ ਨੂੰ ਕੀ ਸ਼ਿਕਾਇਤ ਹੈ ਕਿ ਉਹ ਪਰੰਪਰਾਵਾਂ ਦੇ ਅਨੁਸਾਰ ਜਾਂ ਸਿਧਾਂਤ ਦੇ ਅਨੁਸਾਰ ਪੂਰੀ ਉਤਰਦੀ ਕਿ ਨਹੀਂ ਉਤਰਦੀ ਤੇ ਮੇਰਾ ਖਿਆਲ ਹੈ ਕਿ ਜਹੇਦਰ ਹੋਰਾਂ ਨੇ ਬੀਬੀ ਜੀ ਕੋਲੋਂ ਸਪਸ਼ਟੀਕਰਨ ਹੀ ਮੰਗਿਆ ਹੈ ਕਿਸੇ ਤਰ੍ਹਾਂ ਦਾ ਕੋਈ ਸਜ਼ਾ ਜਾਫਤਾ ਨਹੀਂ ਕੀਤਾ ਜਾਂ ਕਿਸੇ ਤਰ੍ਹਾਂ ਦਾ ਕੋਈ ਕਟਹਿਰੇ 'ਚ ਨਹੀਂ ਖੜਾ ਕੀਤਾ ਅਤੇ ਬੀਬੀ ਜੀ ਇਸ ਬਾਰੇ ਇਹ ਮੇਰਾ ਖਿਆਲ ਹੈ ਕਿ ਸਪਸ਼ਟ ਕਰ ਦੇਣਗੇ ਬਾਕੀ ਜਿਸ ਤੱਕ ਇੱਕ ਨਾਮਵਾਰ ਕੌਮ ਦੀ ਵੱਡੀ ਸ਼ਖਸੀਅਤ ਹੋਣ ਤੇ ਉਹਨਾਂ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਰਹਿਤ ਮਰਿਆਦਾ ਨੂੰ ਲੈ ਕੇ ਜਾਂ ਸਿੱਖ ਪਰੰਪਰਾਵਾਂ ਨੂੰ ਲੈ ਕੇ ਜਿਹੜੀ ਹੈ ਕੋਈ ਸ਼ਿਕਾਇਤ ਆਉਂਦੀ ਹੈ ਤੇ ਮੇਰਾ ਖਿਆਲ ਹੈ ਕਿ ਜਹੇਦਰ ਸਾਹਿਬ ਜੇ ਉਹਦੇ ਉੱਤੇ
ਚਰਚਾ ਨਹੀਂ ਕਰਦੇ ਜਾਂ ਉਹਦੇ ਬਾਰੇ ਨੋਟਸ ਨਹੀਂ ਲੈਂਦੇ ਤੇ ਤਦ ਵੀ ਕਈ ਸੱਜਣਾਂ ਨੇ ਆਣ ਕੇ ਕਹਿਣਾ ਸੀ ਲਓ ਜੀ ਜਥੇਦਾਰ ਸਾਹਿਬ ਚੁੱਪ ਹੋ ਗਏ ਤੇ ਜਥੇਦਾਰ ਸਾਹਿਬ ਨੇ ਅਜਿਹਾ ਕਿਉਂ ਨਹੀਂ ਕੀਤਾ ਕਿਉਂਕਿ ਬੀਬੀ ਜਗੀਰ ਕੌਰ ਹੋਰਾਂ ਵਿਰੁੱਧ ਸ਼ਿਕਾਇਤ ਆਈ ਸੀਗੀ। ਹੁਣ ਇਹ ਜਥੇਦਾਰ ਸਾਹਿਬ ਹੋਰਾਂ ਨੇ ਦੇਖਣਾ ਆ ਕਿ ਅਜਿਹੀ ਬੀਬੀ ਜੀ ਮੇਰੀ ਭੈਣ ਕਿਰਨਜੋਤ ਕੌਰ ਵੀ ਮੰਨਦੀ ਹੈ ਕਿ ਕੁਰਾਹਤ ਹੈ ਤੇ ਕੁਰਾਹਤ ਤੇ ਫਿਰ ਸਿੱਖੀ ਚ ਪ੍ਰਵਾਨ ਹੀ ਨਹੀਂ। ਕੁਰਾਹਤ ਹੀ ਹੈ ਸਿੱਖ ਜਿਹੜਾ ਆ ਉਹ ਸਿੱਖੀ ਚ ਪ੍ਰਵਾਨ ਨਹੀਂ ਹੈਗਾ ਭਾਵੇਂ ਉਹ ਕਿਸੇ ਵੀ ਰੂਪ ਚ ਹੋਵੇ। ਹਾਂ ਇਹ ਗੱਲ ਵੱਖਰੀ ਹੈ ਕਿ ਜੇ ਕਿਸੇ ਕੋਲੋਂ ਕੁਰਾਹਤ ਜਾਣੇ ਅਣਜਾਣੇ ਚ ਹੋ ਗਈ ਹੈ ਉਹ ਪੰਜਾਂ ਦੇ ਅੱਗੇ ਪੇਸ਼ ਹੋ ਕੇ ਜਿਹੜਾ ਆ ਸੰਗਤ ਦੇ ਅੱਗੇ ਪੇਸ਼ ਹੋ ਕੇ ਆਪਣੀ ਕੁਰਾਹਤ ਨੂੰ ਕਬੂਲ ਕੇ ਜੇ ਭੁੱਲ ਬਖਸ਼ਾਉਂਦਾ ਆ ਅਕਾਲ ਤਖ਼ਤ ਸਾਹਿਬ ਨੂੰ ਇਸਦੇ ਵਿੱਚ ਸਾਲਸ ਯਾਨੀ ਕਿ ਵਿਚੋਲਾ ਜੋ ਸਾਨੂੰ ਸਮਝ ਆਇਆ ਸਮਝੌਤਾ ਕਰਵਾਉਣ ਵਾਲੇ ਓਨਾ ਹੀ ਬਣਾਇਆ ਜਾ ਸਕਦਾ। ਤੀਸਰਾ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਵਿੱਚ ਕੋਈ ਨਿੱਜੀ ਕਮੀਆਂ ਨੇ ਕੁਰਾਹਤਾਂ ਨੇ ਤਾਂ ਫਿਰ ਸਿੱਖ ਆਪਣੇ ਆਪ ਗੁਰੂ ਨੂੰ ਜਵਾਬ ਦੇ ਹੈ। ਯਾਨੀ ਕਿ ਕੁੱਲ ਮਿਲਾ ਕੇ ਉਹ ਕਹਿ ਰਹੇ ਨੇ ਕਿ ਅਕਾਲ ਤਖ਼ਤ ਸਾਹਿਬ 'ਚ ਜਾਣ ਵਾਲਾ ਕੋਈ ਐਡਾ ਵੱਡਾ ਮਸਲਾ ਨਹੀਂ ਸੀ ਜਿਸ ਨੂੰ ਇਸ ਕਿਸਮ ਦੇ ਨਾਲ ਬਣਾਇਆ ਗਿਆ। ਨਹੀਂ ਨਹੀਂ ਦੇਖੋ ਇਹ ਤੇ ਇਹ 'ਚ ਕੋਈ ਦਰਾਮਾ ਨਹੀਂ ਗਾ ਕਿ ਕਿਸੇ ਦਾ ਨਿੱਜੀ ਜੀਵਨ ਜਿਹੜਾ ਆ ਉਹਦਾ ਭੁਗਤਾਨ ਜਿਹੜਾ ਗੁਰੂ ਦੀ ਕਚਹਿਰੀ 'ਚ ਉਹਨੇ ਹੀ ਕਰਨਾ ਹੈ। ਪਰ ਜਿਹੜੀਆਂ ਸ਼ਖਸੀਅਤਾਂ ਜਾਂ ਜਿਹੜਾ ਵੀ ਕੋਈ ਅੰਮ੍ਰਿਤਧਾਰੀ ਸਿੱਖ ਹੋਵੇ ਜੇ ਉਹਦੇ ਬਾਰੇ ਕੋਈ ਅਜਿਹੀ ਸ਼ਿਕਾਇਤ ਆਉਂਦੀ ਹੈ ਤੇ ਉਹ ਸੰਗਤ ਪੰਜ ਪਿਆਰੇ ਜਿਹੜਾ ਨੋਟਸ ਲੈ ਸਕਦੇ ਆ ਜਾਂ ਜਾਤੀ ਤੌਰ ਤੇ ਉਹ ਉਹਨਾਂ ਦੇ ਅੱਗੇ ਪੇਸ਼ ਹੋ ਸਕਦਾ ਹੈ ਕਿ ਮੈਥੋਂ ਇਹ ਜਾਣੇ ਅਣਜਾਣੇ ਚ ਕਰਾਇਆ। ਤੁਸੀਂ ਜੇ ਹੁਣ 18ਵੀਂ ਸਦੀ ਦੇ ਇਤਿਹਾਸ ਦੀ ਗੱਲ ਕਰਾਂਗੇ ਉਦੋਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਜੇ ਆਪਾਂ ਕਹਿ ਦਈਏ ਕਿ ਉਦੋਂ ਜਿਹੜਾ ਇਹ ਸਿਸਟਮ ਜਿਹੜਾ ਆ ਇਹ ਹੈ ਨਹੀਂ ਸੀ, ਛੇਵੇਂ ਪਾਤਸ਼ਾਹ ਵੇਲੇ ਹੈ ਨਹੀਂ ਸੀਗਾ। ਇਹ ਤੇ ਸਮੇਂ ਦੇ ਹਿਸਾਬ ਦੇ ਨਾਲ ਜਿਹੜੀ ਆ ਸਿਸਟਮ ਦੇ ਵਿੱਚ ਜਿਹੜਾ ਆ ਤਬਦੀਲੀ ਆਈ ਆ। ਉਸ ਸਮੇਂ ਜਿਹੜਾ ਹੁੰਦਾ ਸੀਗੀਆਂ ਸਿੱਖ ਮਸਲਾਂ ਸਿੱਖ ਸਰਦਾਰ ਜਾਂ ਸਿੱਖ ਸੰਗਤਾਂ ਜਿਹੜੀਆਂ ਨੇ ਜੇ ਕਿਸੇ ਕੋਲੋਂ ਕੋਈ ਕੁਤਾਹੀ ਹੋ ਜਾਂਦੀ ਸੀ ਤੇ ਉਹ ਗੁਰੂ ਦੀ ਹਜ਼ੂਰੀ 'ਚ ਜਾ ਕੇ ਭਰੀ ਸੰਗਤ ਦੇ ਵਿੱਚ ਚਲ ਜਾਂਦਾ ਸੀ ਤੇ ਜਾ ਕੇ ਆਪਦਾ ਕਬੂਲਨਾਮਾ ਕਰ ਲੈਂਦਾ ਸੀ, ਸੰਗਤ ਉਹਦੇ ਬਾਰੇ ਫੈਸਲਾ ਕਰ ਦਿੰਦੀ ਸੀ। ਹੁਣ ਤੇ ਇੱਕ ਤੁਹਾਡੇ ਕੋਲੇ ਉਹ 'ਚ ਸੰਸਥਾ ਸੁਪਰੀਮ ਅਥਾਰਟੀ ਹੈ, ਉੱਥੇ ਜੇ ਕੋਈ ਸ਼ਿਕਾਇਤ ਲੈ ਕੇ ਆਉਂਦਾ ਤੇ ਉਹ ਸ਼ਿਕਾਇਤ ਨੂੰ ਰੱਦੀ ਦੀ ਟੋਕਰੀ 'ਚ ਨਹੀਂ ਸੁੱਕਿਆ ਜਾ ਸਕਦਾ। ਉਹਦੇ ਬਾਰੇ ਤੁਹਾਨੂੰ ਸੰਗਿਆਨ ਲੈਣਾ ਪਊਗਾ, ਭਾਵੇਂ ਉਹਦਾ ਦੋਸ਼ ਹੈਗਾ ਜਾਂ ਨਹੀਂ ਹੈਗਾ। ਉਹਦਾ ਸਪਸ਼ਟੀਕਰਨ ਨਹੀਂ ਮੰਗਿਆ। ਬੀਬੀ ਜੀ ਬੜੇ ਸਤਿਕਾਰਯੋਗ ਨੇ, ਬੀਬੀ ਜਗੀਰ ਕੌਰ ਜੀ, ਮੈਂ ਕੋਈ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਕੋਈ ਕੁਰਾਹਤ ਕੀਤੀ, ਪਰ ਜਿਸ ਤਰ੍ਹਾਂ ਬੀਬੀ ਕਿਰਨਜੋਤ ਕੌਰ ਜੀ ਕਹਿੰਦੇ ਆ ਕਿ ਵੀ ਉਹਨਾਂ ਨੇ ਜੇ ਕੁਰਾਹਤ ਕੀਤੀ ਹੈ ਤੇ ਉਹਨਾਂ ਦਾ ਨਿੱਜੀ ਜੀਵਨ ਹੈ, ਇਸ ਤਰ੍ਹਾਂ ਨਹੀਂ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣਾ, ਮੈਨੂੰ ਨੀ ਪਤਾ ਕਿ ਉਸ ਸਮੇਂ ਉਹ ਕਰਦੇ ਸੀ ਨਹੀਂ ਕਰਦੇ ਸੀ, ਜੇ ਹੁਣ ਕਰਦੇ ਆ ਕਿ ਨਹੀਂ ਕਰਦੇ, ਕਦੇ ਉਹਨਾਂ ਨੇ ਕੀਤਾ ਕਿ ਨਹੀਂ ਕੀਤਾ। ਪਰ ਜੇ ਤੁਸੀਂ ਕਹਿੰਦੇ ਹੋ ਕਿ ਇਹ ਉਹਨਾਂ ਦਾ ਨਿੱਜੀ ਜੀਵਨ, ਨਿੱਜੀ ਜੀਵਨ ਦੇ ਵਿੱਚ ਅਜਿਹਾ ਨਹੀਂ ਹੁੰਦਾ। ਰੋਮਾਂ ਦੀ ਬੇਅਦਬੀ ਕਰਨਾ ਸਿੱਖੀ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਉਹ ਕੁਤਾਹੀ ਆ, ਔਰ ਮਤਲਬ ਬੱਚੇ ਨੂੰ ਪੇੜ 'ਚ ਮਾਰਨਾ, ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਮਾਰਿਆ ਨਹੀਂ ਮਾਰਿਆ, ਕੀ ਹੋਇਆ ਕੀ ਨਹੀਂ ਹੋਇਆ, ਪਰ ਜਿਹੜੀ ਸ਼ਿਕਾਇਤ ਆਈ ਮੈਂ ਉਹਦੇ ਆਧਾਰ ਤੇ ਗੱਲ ਕਰਦਾ ਹਾਂ। ਹਾਂਜੀ ਤੇ ਉਹਦੇ ਆਧਾਰ ਤੇ ਜਿਹੜਾ ਇਵੇਂ ਕਿੰਤੂ ਪਰੰਤੂ ਕਰੀ ਜਾਣਾ। ਬੀਬੀ ਕਿਰਨਜੋਤ ਕੌਰ ਮੇਰੇ ਵੱਡੇ ਭੈਣ ਜੀ ਨੇ, ਬੜੇ ਮੇਰੇ ਉਹਨਾਂ ਨਾਲ ਜਾਤੀ ਵੀ ਬੜੇ ਪੁਰਾਣੇ ਸੰਬੰਧ ਰਹੇ ਉਸ ਪਰਿਵਾਰ ਦੇ ਨਾਲ। ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਕਿ ਹਰ ਗੱਲ ਦੇ ਉੱਤੇ ਅਕਾਲ ਤਖ਼ਤ ਸਾਹਿਬ ਵੱਲੋਂ ਕਿੰਤੂ ਪਰੰਤੂ ਨਹੀਂ ਚੰਗਾ ਲੱਗਦਾ, ਤੁਸੀਂ ਆਪਣਾ ਸੁਝਾਅ ਦੇ ਦਿਓ। ਜਥੇਦਾਰ ਸਾਹਿਬ ਕਿਹੜੇ ਤੋਂ ਦੂਰ ਹੋਗੇ, ਤੁਹਾਡੇ ਘਰ ਤੋਂ 10 ਮਿੰਟ ਦਾ ਰਸਤਾ ਹੈ। ਠੀਕ ਹੈ, ਬਣੇ ਰਹੋ ਵਰਤਾਰ ਸਾਹਿਬ ਸਾਡੇ ਨਾਲ। ਪ੍ਰੇਮ ਸਿੰਘ ਚੰਦੂਮਾਸ਼ਾ ਹੋਰੀ ਵੀ ਨੇ ਸਾਡੇ ਨਾਲ ਫੋਨ ਲਾਈਨ ਤੇ, ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ।
ਚੰਦੂਮਾਜਰਾ ਸਾਹਿਬ, ਬੀਬੀ ਜਗੀਰ ਕੌਰ ਉਹਨਾਂ ਨੂੰ ਬੁਲਾਇਆ ਗਿਆ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣਾ ਹੋਏਗਾ, ਪਰ ਬੀਬੀ ਕਿਰਨਜੋਤ ਕੌਰ ਨੇ ਇੱਕ ਪੋਸਟ ਪਾਈ ਹੈ, ਉਹਨਾਂ ਨੇ ਕਿਹਾ ਕਿ ਨਵੀਂ ਪਿਰਤ ਪਾਈ ਜਾ ਰਹੀ ਹੈ, ਜੇਕਰ ਕੋਈ ਰੋਮਾਂ ਦੀ ਬੇਅਦਬੀ ਕਰਦਾ ਹੈ, ਕੁਰੈਤ ਕਰਦਾ, ਫਿਰ ਇਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਵਾਲਾ ਕੋਈ ਮਸਲਾ ਨਹੀਂ ਹੈ ਐਡਾ। ਦੇਖੋ ਗੱਲ ਇਹ ਆ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੀ ਮਰਿਆਦਾ ਕੀ ਸਿਸਟਮ ਆ, ਉਹ ਤਾਂ ਜਾਇਦਾਦ ਸਾਹਿਬਾਨ ਜਾਣਦੇ ਨੇ, ਪਰ ਮੈਂ ਇੱਕ ਗੱਲ ਕਹਿ ਸਕਦਾ ਕਿ ਜਿਹੜਾ ਬੀਬੀ ਜਗੀਰ ਕੌਰ ਦੇ ਮਾਮਲੇ 'ਚ ਹੁਣ ਸਟੈਪ ਲਿਆ, ਇਹ ਤਾਂ ਸਿੱਧੇ ਤੌਰ 'ਤੇ ਨਜ਼ਰ ਆ ਰਿਹਾ ਵੀ ਇੱਕ ਸਿਆਸੀ ਤੌਰ 'ਤੇ ਨਾ, ਮਤਲਬ ਜਿਵੇਂ ਕਹਿੰਦੇ ਗੇੜ ਕੱਢਣ ਵਾਸਤੇ ਕਹਿ ਲਓ ਜਾਂ ਇੱਕ ਰਸਤਾ ਰੋਕਣ ਲਈ ਕਹਿ ਲਓ, ਮਤਲਬ ਕਿਉਂਕਿ ਜੱਗ ਜ਼ਾਹਰ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ ਰਹੀ ਅਹੁਦੇਦਾਰਾਂ ਦੀ ਚੋਣ ਦੇ ਵਿੱਚ ਬੀਬੀ ਜਗੀਰ ਕੌਰ ਦੇ ਪ੍ਰਧਾਨਗੀ ਦੇ ਉਮੀਦਵਾਰ ਬਣਨ ਦੇ ਚਾਂਸ ਸੀਗੇ, ਤੇ ਉਹ ਮਤਲਬ ਉਸ ਗੱਲ ਦੇ ਵਿੱਚੋਂ ਹੀ ਕਿਤੇ ਨਾ ਕਿਤੇ ਇੱਕ ਇਹ ਮੈਸੇਜ ਆ ਰਿਹਾ, ਕਿਉਂਕਿ ਮੈਸੇਜ ਇਸ ਕਰਕੇ ਜਾ ਰਿਹਾ ਕਿ ਬੀਬੀ ਜਗੀਰ ਕੌਰ ਪਹਿਲਾਂ ਐਸਜੀਪੀਸੀ ਦੇ ਪ੍ਰਧਾਨ ਰਹਿ ਚੁੱਕੇ ਨੇ, ਜਥੇਦਾਰ ਸਾਹਿਬਾਨਾਂ ਨੂੰ ਵੀ ਸਾਰਾ ਪਤਾ, ਤੇ ਉਹੀ ਬੀਬੀ ਜਗੀਰ ਕੌਰ ਮੁੰਡੇ ਨੇ ਜਿਹੜੇ ਪਹਿਲਾਂ ਪ੍ਰਧਾਨ ਰਹੇ, ਜਥੇਦਾਰ ਸਾਹਿਬਾਨਾਂ ਦੀਆਂ ਨਿਯੁਕਤੀਆਂ ਸਮੇਂ ਵੀ ਹਾਜ਼ਰ ਰਹੇ, ਤੇ ਜਿੱਥੇ ਤੱਕ ਕੁੜੀ ਮਾਰਨ ਦੇ ਦੋਸ਼ ਵਾਲੀ ਗੱਲ ਆ, ਉਹ ਤਾਂ ਅਦਾਲਤ ਨੇ ਉਹਨਾਂ ਨੂੰ ਬਰੀ ਕਰਤਾ, ਤੇ ਅਦਾਲਤ ਵੱਲੋਂ ਬਰੀ ਕੀਤਾ ਹੋਵੇ ਉਹ ਉਹਨੂੰ ਦੁਬਾਰਾ ਗੱਲ ਨੂੰ ਜਾਂਚ ਕਰਨੀ ਮੇਰਾ ਖਿਆਲ ਉਹ ਵੀ ਚੰਗਾ ਨਹੀਂ ਲੱਗਦਾ, ਤੇ ਕਿਤੇ ਨਾ ਕਿਤੇ ਨਾ ਮਤਲਬ ਇਸ ਸਾਰੇ ਸਿਸਟਮ ਦੇ ਵਿੱਚੋਂ ਮਤਲਬ ਇਸ ਤਰ੍ਹਾਂ ਨਜ਼ਰ ਆ ਰਿਹਾ ਵੀ ਜਿਵੇਂ ਨਾ ਜਾਤੀ ਤੌਰ 'ਤੇ ਸਿਰ ਕੱਢਣ ਵਾਲੀ ਗੱਲ ਕਹਿ ਲਓ, ਨਵਾਂ ਗ੍ਰਹਿ ਰੋਕਣ ਵਾਲੀ ਗੱਲ ਕਹਿ ਲਓ, ਕਿਤੇ ਨਾ ਕਿਤੇ ਨਜ਼ਰ ਆ ਰਹੀ ਆ। ਮੇਰੀ ਜਾਣਕਾਰੀ ਹੈ ਹੁਣ ਤਾਂ ਜਥੇਬੰਦੀਆਂ ਕੁਛ ਆਗੂ ਪਹੁੰਚੇ ਨੇ ਸ਼ਿਕਾਇਤ ਲੈ ਕੇ। ਦੇਖੋ ਸ਼ਿਕਾਇਤ ਤਾਂ ਜਣਾ ਮਤਲਬ ਕੋਈ ਬੰਦਾ ਜਾ ਕੇ ਗਾਇਨ ਕਰਨ ਲੱਗ ਜਾਵੇ ਤਾਂ ਮਤਲਬ ਠੀਕ ਹੈ, ਥੋੜੀ ਬਹੁਤੀ ਕੋਈ ਵੀ ਸ਼ਿਕਾਇਤ ਹੋਵੇ ਉਹਦੀ ਥੋੜ੍ਹੀ ਬਹੁਤੀ ਸਮੀਖਿਆ ਤਾਂ ਕਰਨੀ ਚਾਹੀਦੀ ਹੈ ਨਾ, ਥੋੜ੍ਹੀ ਬਹੁਤੀ ਜਾਂਚ ਤਾਂ ਕਰਨੀ ਚਾਹੀਦੀ ਆ ਵੀ ਇਹਦੇ 'ਚ ਇਹਦਾ ਮਕਸਦ ਕੀ ਆ, ਇਹਦਾ ਮੈਸੇਜ ਕੀ ਜਾਏਗਾ। ਮਤਲਬ ਇਹ ਹੁਣ ਤੱਕ ਜਿਹੜੇ ਸ਼ਿਕਾਇਤ ਕਰਨ ਵਾਲੇ ਵੀ ਨਾ ਫਰਕ ਕਰਿਆ, ਸ਼ਿਕਾਇਤ ਕਰਨ ਵਾਲੇ ਨੂੰ ਕਿਹੜਾ ਜੇ ਪਤਾ ਲੱਗਿਆ ਹੁਣ ਜੇ ਗੱਲ ਹੋਵੇ ਵੀ, ਤਾਂ ਮਤਲਬ ਇਹ ਗੱਲਾਂ ਜਾਣੀ ਸਮਾਂ ਜਿਹੜਾ ਹੈ ਉਹ ਬਿਲਕੁਲ ਹੀ ਇਸ ਤਰ੍ਹਾਂ ਦਾ ਨਹੀਂ, ਦੇ ਨਾਲ ਜਿਸ ਤਰ੍ਹਾਂ ਦੇ ਇਸ਼ੂ ਲਏ ਨੇ ਉਹ ਵੀ ਜਿਵੇਂ ਬਾਕੀ ਗੱਲ ਠੀਕ ਆ, ਹੁਣ ਗੁਰਬਾਣੀ ਦੀਆਂ ਧਾਰਨਾ ਵੀ ਦਿੱਤੀਆਂ ਜਾ ਰਹੀਆਂ, ਆਪਣੇ ਗੁਰਤੇਜ ਸਿੰਘ ਬੜੇ IAS ਰਿਟਾਇਰ ਜਿਹੜੇ ਨੇ ਉਹ ਬੜੇ ਵਿਦਵਾਨ ਨੇ, ਉਹਨਾਂ ਦਾ ਮੈਂ ਲਿਖਿਆ ਪੜ੍ਹਿਆ, ਗੁਰਬਾਣੀ ਦੀਆਂ ਧਾਰਨਾ ਦਿੱਤੀਆਂ ਨੇ ਉਹਨਾਂ ਨੇ ਕਾਫੀ, ਤੇ ਹੋਰ ਆ ਬੀਜੀ ਕਿਰਨਜੋਤ ਕੌਰ ਹੋਣੀ ਵੀ ਬੜੇ ਲਾਇਕ ਨੇ, ਵਿਦਵਾਨ ਨੇ। ਸਪਸ਼ਟੀਕਰਨ ਦੇ ਵਾਸਤੇ ਵੀ ਜੇ ਹੁਣ ਇੱਕ ਕੇਸ ਆ ਵੀ ਜਿਹੜਾ ਅਦਾਲਤ ਨੇ ਬਰੀ ਕਰਤਾ, ਤੇ ਉਹਦੇ ਬਾਰੇ ਸਪਸ਼ਟੀਕਰਨ ਹੈ ਕੋਈ ਦੁਬਾਰਾ ਲੈਣ ਦੀ ਗੱਲ? ਚਲੋ ਇਸਦਾ ਜਵਾਬ ਲੈਣੇ ਆਪਾਂ ਵਲਟੋਆ ਸਾਹਿਬ। ਦੇਖੋ ਮੈਂ ਬੇਨਤੀ ਕਰਾਂ, ਸਭ ਤੋਂ ਪਹਿਲੇ ਤਾਂ ਗੱਲ ਹੈ ਕਿ ਜਿਹੜੀ ਇਹ ਸ਼ਿਕਾਇਤ ਆ ਇਹਦਾ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੀ ਇਹਦਾ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣ ਦੇਣ ਨਹੀਂ। ਜੇ ਹੁਣ ਆਪਾਂ ਸ਼ਿਕਾਇਤਾਂ ਦੀ ਗੱਲ ਕਰੀਏ ਤੇ ਮੇਰਾ ਖਿਆਲ ਢੇਰ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ
ਪਿਛਲੇ 2 ਮਹੀਨੇ ਦੇ ਵਿੱਚ ਵਿੱਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚਦੀਆਂ ਰਹੀਆਂ ਨੇ। ਅਤੇ ਫਿਰ ਉਹ ਕਹਿ ਦਈਏ ਕਿ ਮੇਰੇ ਸਤਿਕਾਰਯੋਗ ਚੰਦੂ ਮਾਜਰਾ ਸਾਹਿਬ ਜਾਂ ਇਹਨਾਂ ਦਾ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਪਹੁੰਚਾਈ ਜਾਂਦੀਆਂ ਰਹੀਆਂ ਨੇ। ਅਜਿਹੀ ਗੱਲ ਕਰਨਾ, ਹਾਂ ਲੰਬੇ ਸਮੇਂ ਤੋਂ ਕੋਈ ਚਰਚਾ ਚੱਲਦੀ ਸੀ ਬੀਬੀ ਜੀ ਹੋਰਾਂ ਬਾਰੇ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ, ਹਾਂਜੀ ਜਿਹੜੀਆਂ ਉਹਨਾਂ ਦੇ ਜੀਵਨ ਦੇ ਉੱਤੇ ਉਂਗਲਾਂ ਉੱਠਦੀਆਂ ਸੀ ਬੜੇ ਲੰਬੇ ਸਮੇਂ ਤੋਂ। ਸਾਰਿਆਂ ਨੂੰ ਪਤਾ ਹੈ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਚੰਦੂ ਮਹਿਰਾ ਸਾਹਿਬ ਨੂੰ ਵੀ ਪਤਾ ਆ, ਹਾਂਜੀ ਉਹ ਗੱਲ ਵੱਖਰੀ ਹੈ। ਇਸੇ ਤਰ੍ਹਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਬੜੇ ਲੰਬੇ ਸਮੇਂ ਤੋਂ ਜਿਹੜਾ ਆ ਮੀਡੀਆ ਦੇ ਵਿੱਚ ਚਰਚਾ ਚੱਲਦੀ ਸੀ, ਸਵਾਲ ਉਠਾਏ ਜਾਂਦੇ ਸੀਗੇ, ਹਾਂਜੀ ਉਹ ਵੀ ਸ਼ਿਕਾਇਤ ਪਹੁੰਚੀ ਹੈ। ਹਾਂਜੀ ਪਰ ਗੁਰਪ੍ਰਤਾਪ ਵਡਾਲਾ ਤਾਂ ਕਹਿ ਰਹੇ ਨੇ ਵਲਟੋਆ ਸਾਹਿਬ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ। ਨਹੀਂ ਮੈਂਬਰ ਨਾ ਤਾਂ ਮੈਨੂੰ ਪਤਾ ਜੀ ਮੈਂਬਰ ਹੈ, ਪਰ ਮੇਰਾ ਖਿਆਲ ਹੈ ਕਿ ਉਹਨਾਂ ਦਾ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੈਂ ਤਾਂ ਕਦੀ ਦੇਖਿਆ ਨਹੀਂ ਜੀ। ਹਾਂਜੀ ਜਿਹਨੇ ਕੋਈ ਸ਼ਿਕਾਇਤ ਕੀਤੀ ਹੈ, ਤੇ ਮੰਨ ਲਓ ਜੇ ਅਕਾਲੀ ਦਲ ਦੇ ਨਾਲ ਵੀ ਸੰਬੰਧਿਤ ਹੈ, ਹਾਂਜੀ ਪਹਿਲੀ ਤਾਂ ਗੱਲ ਕੋਈ ਅਜਿਹੀ ਗੱਲ ਕੋਈ ਹੈ ਹੀ ਨਹੀਂ। ਹਾਂਜੀ ਮੇਰਾ ਖਿਆਲ ਹੈ ਕਿ ਪਹਿਲਾਂ ਤਾਂ ਕੋਈ ਆਮ ਸਧਾਰਨ ਸਿੱਖ ਜਿਹੜੇ ਆ, ਹਾਂਜੀ ਆਮ ਜਿਹੜੇ ਦਰਦ ਰੱਖਣ ਵਾਲੇ ਜਾਂ ਜਿਹੜੇ ਪੰਥਕ ਮਰਿਆਦਾ ਨੂੰ ਸਮਝਣ ਵਾਲੇ ਸਿੱਖ ਆ, ਉਹ ਉੱਥੇ ਗਏ ਸੀਗੇ ਜਿਨ੍ਹਾਂ ਨੇ ਜਾ ਕੇ ਇਹ ਦਰਖਾਸਤ ਕੀਤੀ ਸੀਗੀ। ਹਾਂਜੀ ਮੈਂ ਤਾਂ ਆਪ ਦੇਖ ਕੇ ਹੈਰਾਨ ਸੀਗਾ ਵੀ ਇਹ ਜਿਹੜਾ ਆ ਵੀ ਇਹ ਕੌਣ ਨੇ, ਕਿਵੇਂ ਆ, ਕਿਸ ਤਰ੍ਹਾਂ ਆ, ਪਰ ਕਿਉਂਕਿ ਲੰਬੇ ਸਮੇਂ ਤੋਂ ਕੋਈ ਚਰਚਾ ਚੱਲਦੀ ਸੀ, ਉਸ ਚਰਚਾ ਦੇ ਆਧਾਰ ਤੇ ਜਿਹੜੀ ਆ ਇਹ ਗੱਲ ਕੀਤੀ ਗਈ ਜੇ ਬੀਬੀ ਜੀ ਦੇ ਜੀਵਨ 'ਚ ਕੋਈ ਕਮੀ ਨਹੀਂ ਹੈਗੀ ਤੇ ਬੀਬੀ ਜੀ ਉੱਥੇ ਦੱਸ ਦੇਣਗੇ, ਤੇ ਉੱਥੇ ਕਿਹੜਾ ਕੋਈ, ਹਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਕੋਈ ਉਹਨਾਂ 'ਤੇ ਰੋਕ ਥੋੜ੍ਹੀ ਲਾਈ ਆ, ਉਹ ਪ੍ਰਧਾਨਗੀ ਦੀ ਚੋਣ ਲੜਨ, ਇਹ ਤਾਂ ਜਾਹਿਰ ਸਾਹਿਬਾਨ ਜੇ ਫੈਸਲਾ ਦੇਣਾ ਆ, ਜੇ ਫੈਸਲਾ ਦੇਣਗੇ ਕੋਈ ਰੋਕ ਲਾਉਣਗੇ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਨਗੇ, ਫਿਰ ਤਾਂ ਕਿੰਤੂ ਪ੍ਰੰਤੂ ਉਪਰਲੇ ਜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਉਹਨਾਂ ਦੇ ਉਮੀਦਵਾਰ ਬਣਨ ਦੇ ਉੱਤੇ ਜਿਹੜੀ ਰੋਕ ਲਾਉਣ ਦੀ ਖਾਤਰ ਜਿਹੜੀ ਹੈ ਕਿ ਕਿਸੇ ਨੇ ਆਹ ਕਰਤਾ ਜੀ ਉਹ ਕਰਤਾ, ਭਾਵੇਂ ਕਿ ਅਕਾਲੀ ਦਲ ਨਾ ਇਹੋ ਜਿਹੇ ਮਸਲਿਆਂ 'ਚ ਆਉਂਦਾ ਆ, ਨਾ ਅਸੀਂ ਕੋਈ ਗੱਲ ਕਰਦੇ ਹਾਂ, ਮੇਰਾ ਖਿਆਲ ਚੰਦੂ ਮਹਿਰਾ ਸਾਹਿਬ ਦੇ ਵਿਰੁੱਧ ਵੀ ਸ਼ਿਕਾਇਤਾਂ ਗਈਆਂ ਨੇ। ਹਾਂਜੀ ਚੰਦੂ ਮਹਿਰਾ ਸਾਹਿਬ ਦੇ ਵਿਰੁੱਧ ਜਿਹੜੀਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਿਕਾਇਤਾਂ ਗਈਆਂ ਨੇ, ਇੱਥੋਂ ਤੱਕ ਰੋਜ਼ਾਨਾ ਸਪੋਕਸਮੈਨ ਨੂੰ ਇਹ ਇੰਟਰਵਿਊ ਦਿੰਦੇ ਰਹੇ ਨੇ ਜਿਹੜੇ 2004 ਦੇ ਵਿਰੁੱਧ ਜੀ ਦੇ ਵਿਰੁੱਧ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਾਰੀ ਹੋਇਆ, ਇਹ ਇਹਨਾਂ ਦੇ ਸਾਥੀ ਦਿੰਦੇ ਰਹੇ ਨੇ, ਸਾਡੇ ਵਾਲੇ ਵੀ ਦਿੰਦੇ ਰਹੇ ਨੇ। ਹਾਂਜੀ ਤੇ ਬੜੇ ਬੜੇ ਵੱਡੇ ਵੱਡੇ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਉਹ ਅੱਜ ਤੱਕ ਦਿੰਦੇ ਨੇ। ਹਾਂਜੀ ਕਾਰਵਾਈ ਤਾਂ ਬਣਦੀ ਹੈ, ਤੇ ਜੇ ਹੁਣ ਕਹਿ ਦੇ ਕਿ ਜੀ ਫਲਾਣੇ ਨੇ ਦੇਤੀ ਸੀ ਕਿ ਜੀ ਇੰਟਰਵਿਊ 'ਚ, ਫਿਰ ਕਿਹੜੀ ਗੱਲ ਹੋ ਗਈ ਜੀ ਜੇ ਮੈਂ ਦੇਤੀ ਹੈ, ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਚਾਹੇ ਕੋਈ ਵੀ ਅਦਾਰਾ ਆ, ਕੋਈ ਵੀ ਸੰਸਥਾ ਆ ਜਾਂ ਕੋਈ ਵੀ ਮਨੁੱਖ ਆ, ਉਹਦੇ ਵਿਰੁੱਧ ਜੇ ਜਾਰੀ ਹੈ ਤਾਂ ਹਰੇਕ ਸਿੱਖ ਤੇ ਲਾਗੂ ਹੁੰਦਾ, ਜੇ ਉਹਦੇ ਬਾਰੇ ਇੱਕ ਕਦਾਹੀ ਕਰਦਾ ਤੇ ਦੂਜੇ ਨੇ ਠੇਕਾ ਨਹੀਂ ਲੈ ਲਿਆ। ਠੀਕ ਹੈ ਚੰਦੂ ਮਾਜਰਾ ਸਾਹਿਬ, ਜੋ ਨਿਚੋੜ ਗੱਲ ਕੱਢ ਵਿਰਟੋਆ ਸਾਹਿਬ ਦੀ ਗੱਲ ਦਾ ਕੱਢ ਰਹੇ ਆ, ਤਾਂ ਉਹ ਕਹਿ ਰਹੇ ਨੇ ਕਿ ਮਸਲਾ ਜਿੰਨਾ ਮਰਜ਼ੀ ਪੁਰਾਣਾ ਹੋਵੇ, 2 ਦਹਾਕਿਆਂ ਪੁਰਾਣਾ ਹੋਵੇ, ਪਰ ਜੇਕਰ ਜੋ ਕੋਈ ਸ਼ਿਕਾਇਤ ਗਈ ਹੈ ਫਿਰ ਜਵਾਬਦੇਹੀ ਬਣਦੀ ਹੈ। ਇਹ ਗੱਲ ਠੀਕ ਹੈ ਬਟਵਾਰ ਸਾਹਿਬ ਦੀ, ਮਸਲਾ ਭਾਵੇਂ ਪੁਰਾਣਾ ਹੋਵੇ ਜਵਾਬ ਦੇ ਵੀ ਬਣ ਗਿਆ, ਪਰ ਇਹ ਜਿਹੜਾ ਮੈਂ ਪਹਿਲਾਂ ਵੀ ਸ਼ੁਰੂ ਤੋਂ ਕਿਹਾ ਵੀ ਇਹ ਇੱਕ ਜਿਹੜਾ ਇਹ ਟਾਈਮ ਤੇ ਮਤਲਬ ਜਿਹੜੀ ਹੁਣ ਕੀਤਾ ਨਾ, ਇਹ ਇੱਕ ਮੈਸੇਜ, ਇੱਕ ਇੰਡੀਕੇਸ਼ਨ ਇਸ ਤਰ੍ਹਾਂ ਦੀ ਜਾ ਰਹੀ ਆ ਜਿਹੜੀ ਨਹੀਂ ਜਾਣੀ ਚਾਹੀਦੀ ਸ੍ਰੀ ਅਕਾਲ ਤਖ਼ਤ ਸਾਹਿਬ, ਕਿਉਂਕਿ ਸਰਵਉੱਚ ਨੇ ਸਮੁੱਚੇ ਪੰਥ ਦੇ ਨੇ, ਕਿਸੇ ਇੱਕ ਵਿਅਕਤੀ ਦੇ, ਇੱਕ ਧੜੇ ਦੇ, ਇੱਕ ਪਾਰਟੀ ਦੇ ਤਾਂ ਹੈ ਨਹੀਂ, ਸਮੁੱਚੀ ਕੌਮ ਦੇ ਨੇ, ਤੇ ਉਹ ਐਸੇ ਹਾਲਾਤਾਂ 'ਚ ਜੇ ਇਸ ਤਰ੍ਹਾਂ ਦਾ ਮੈਸੇਜ ਜਾਂਦਾ ਨਾ ਫਿਰ ਉਹ ਠੀਕ ਨਹੀਂ ਰਹਿੰਦਾ। ਤੇ ਦੂਜਾ ਜਿਹੜਾ ਕਿਰਦੋਤ ਕੌਰ ਹੋਰਾਂ ਨੇ ਕਹੀ ਹੈ ਗੱਲ, ਉਹ ਵੀ ਕਿਤੇ ਨਾ ਕਿਤੇ ਔਰਤ ਦੇ ਮਾਮਲੇ ਦੇ ਵਿੱਚ ਜਦੋਂ ਅਸੀਂ ਮਤਲਬ ਨਿੱਜੀ ਕੋਈ ਉਸ ਤਰ੍ਹਾਂ ਦੀ ਗੱਲ ਕਰਦੇ ਹਾਂ ਤਾਂ ਕਈ ਵਾਰੀ ਸਨਮਾਨ ਦੀ ਗੱਲ ਵੀ ਹੋ ਜਾਂਦੀ ਆ ਤੇ ਹੋਰ ਵੀ ਸਵਾਲ ਖੜੇ ਹੋ ਜਾਂਦੇ ਆ। ਵੱਡੀ ਗੱਲ ਤਾਂ ਇਹ ਹੈ ਵੀ ਬੀਬੀ ਜਗਜੀਤ ਕੌਰ ਹੋਰੇ ਮਤਲਬ
ਪ੍ਰਧਾਨ ਰਹੇ ਆ ICPC ਦੇ, ਜਿਹੜੀਆਂ ਜ਼ਿਕਰ ਕੀਤਾ ਜਾ ਰਿਹਾ, ਸੋ ਕਾਲਡ ਇਲਜ਼ਾਮ ਲਾਏ ਜਾ ਰਹੇ ਨੇ, ਉਹ ਤਾਂ ਪਹਿਲਾਂ ਦੇ ਨੇ। ਉਸ ਤੋਂ ਬਾਅਦ ਤਾਂ ਫਿਰ ਪਾਰਟੀ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ, ਪਾਰਟੀ ਨੇ ਉਹਨਾਂ ਨੂੰ ਮੰਤਰੀ ਬਣਾਇਆ, ਪਾਰਟੀ ਦੇ ਵਿੱਚ ਹੀ ਰਹਿੰਦੇ ਰਹੇ ਉਹਦੇ ਸਾਥ ਰਹੇ, ਅਤੇ ਹੁਣ ਅਚਾਨਕ ਇਸ ਤਰ੍ਹਾਂ ਦੇ ਸਵਾਲ ਖੜੇ ਕਰਨੇ, ਮਤਲਬ ਕੋਈ ਅੱਛਾ ਮੈਸੇਜ ਨਹੀਂ ਜਾ ਰਿਹਾ ਮੇਰੇ ਵੱਲੋਂ।